ਰਾਮ ਸਰੂਪ ਅਣਖੀ ਦੀ ਕਹਾਣੀ ਹੈ ਤਿੰਨ ਜਾਨਵਰ ਮੁੰਡਿਆਂ ਕੁੜੀਆਂ ਲਈ ਇਹ ਸਾਂਝਾ ਸਕੂਲ ਹੈ ਸਿਆਲ ਦੀ ਰੁੱਤ ਹੈ ਅੱਧੀ ਛੁੱਟੀ ਦੀ ਘੰਟੀ ਵੱਜ ਚੁੱਕੀ ਹੈ ਚਾਰ ਅਧਿਆਪਕਾਂ ਮਾਂ ਇੱਕ ਕੰਧ ਦੀ ਓਟ 'ਚ ਧੁੱਪੇ ਆ ਖੜੀਆਂ ਹਨ ਭੈਂਗੇ ਚ ਪੜਾਸੀ ਤੋਂ ਇੱਕ ਇੱਕ ਕਰਕੇ ਉਹਨਾਂ ਨੇ ਚਾਰ ਕੁਰਸੀਆਂ ਮੰਗਵਾਈਆਂ ਹਨ ਨੇੜੇ ਦੇ ਕਮਰੇ 'ਚ ਆਪ ਹੀ ਇੱਕ ਮੇਜ਼ ਚੁੱਕ ਲਿਆਂਦਾ ਤੇ ਕੁਰਸੀਆਂ ਦੇ ਵਿਚਾਲੇ ਧਰ ਲਿਆ ਕੜਵ ਦਾ ਟੰਡਾ ਮੂੰਹ ਲਮਕਾਈ ਬੈਠੀ ਹੈ ਉਹਦੀ ਪੁੜਪੁੜੀ ਦੁਖ ਰਹੀ ਹੈ ਕਾਲਾ ਗੁਲਾਬ ਖੁਲ-ਖੁਲ ਬੋਲਦੀ ਹੈ ਤੇ ਆਪਣੇ ਦੰਦਾਂ 'ਚੋਂ ਦੁੱਧ ਚਿੱਟਾ ਹਾਸਾ ਛਣਕਾਉਂਦੀ ਹੈ ਗੰਨੇ ਦੇ ਛਿਲਕ ਦੀ ਇੱਕ ਟੰਗ ਮੇਜਦੇ ਹੈ ਤੇ ਇੱਕ ਟੰਗ ਮੇਜ ਦੀਆਂ ਦੋ ਲੱਤਾਂ ਵਿੱਚ ਘਰ ਲਈ ਫੱਟੀ ਤੇ ਮਰੂਆ ਨੇ ਚਿੱਟੇ ਸਿਰ ਵਾਲੀ ਚਪੜਾਸਨ ਨੂੰ ਬੁਲਾਇਆ ਹੈ ਕੈਂਟੀਨ ਤੋਂ ਇੱਕ ਸੈੱਟ ਚਾਹ ਲਿਆਉਣ ਲਈ ਕਹਤਾ ਹੈ ਹਰ ਸਾਲ ਕੋਈ ਨਾ ਕੋਈ ਮਾਸਟਰ ਬਦਲ ਜਾਂਦਾ ਹੈ ਆ ਭੂੰਡ ਦਾ ਜੂੜ ਪਤਾ ਨਹੀਂ ਕਦੋਂ ਵੱਢਿਆ ਜਾਊ ਆਂਡੇ ਤਾਂ ਦੇ ਟੁੱਟ ਜਾਣੇ ਦੇ ਜੀ ਕਰਦਾ ਤੋੜ ਦੇ ਦੇ ਐਵੇਂ ਝਾਕੀ ਜੋ ਅੱਖਾਂ ਪਾੜ-ਪਾੜ ਸਟਾਫ ਰੂਮ 'ਚ ਬਹਿ ਕੇ ਚੂਲੀਆਂ ਕਰਨ ਤੋਂ ਬਿਨਾ ਇਹਨੂੰ ਕੋਈ ਕੰਮ ਹੀ ਨਹੀਂ ਲੈ ਜਾਣੇ ਨੂੰ ਕੋਈ ਸੈਂਸਰ ਨਹੀਂ ਛੱਡੀ ਕੋਈ ਚੂੜੀ ਨਹੀਂ ਛੱਡੀ ਹੁਣ ਗੋਡੇ ਖੜਗੇ ਤਾਂ ਲੋਕਾਂ ਦੀਆਂ ਗੱਲਾਂ ਬਣਾਉਂਦਾ 13 ਸਾਲ ਹੋ ਗਏ ਇਹਦੀ ਕੰਜਰ ਕੋਈ ਬਦਲੀ ਨਹੀਂ ਕਰਦਾ ਸਾਰਾ ਦਿਨ ਮੁੱਛਾਂ ਮਰੋੜਦਾ ਰਹੂ ਮੱਥੇ ਦੇ ਵੱਟ ਤਾਂ ਦੇਖੋ ਠੇਠਰ ਗੰਨੇ ਦਾ ਛਿਲਕ ਕਹਿੰਦੀ ਹੈ ਲੰਮਾ ਕਦ ਪਤਲਾ ਸਰੀਰ ਤਿੱਖਾ ਨੱਕ ਨਰਮ-ਨਰਮ ਹੱਥ ਪੈਰ ਨਿਕਿਆ ਨਿਕਿਆ ਚੱਤੀਆਂ ਟਪੂ ਟਪੂ ਕਰਦੀਆਂ ਅੱਖਾਂ ਕਾਦਾ ਬੋਲ ਬਿੰਦੇ ਬਿੰਦੇ ਹਾਸੀ ਇਹ ਗੰਨੇ ਦਾ ਛਿਲਕਾ ਇੱਕ ਖਸਮ ਤਾਂ ਘਰ ਹੁੰਦਾ ਹੀ ਐ ਪਰ ਸਕੂਲ 'ਚ ਕਈ ਮਾਸਟਰ ਖਸਮਾਂ ਦੇ ਵੀ ਖਸਮ ਨੇ ਕੜਵ ਦਾ ਟਾਂਡਾ ਸਿਰੋਂ ਤਾਂ ਝੁੱਕਦੀ ਐ ਬਾਂਦਰ ਕਲਰਕ ਦੇ ਕਮਰੇ 'ਚ ਬੈਠਾ ਸਾਰਾ ਦਿਨ ਮੁੱਖੀਆਂ ਮਾਰਦਾ ਰਹਿੰਦਾ ਕਿਸੇ ਜਮਾਤ 'ਚ ਬੈਠਾ ਹੋਵੇ ਤਾਂ ਕੀ ਇਹ ਪੜਾਉਂਦਾ ਐ ਉੱਥੇ ਬੈਠਾ ਵੀ ਕਾਗਜ਼ਾਂ 'ਤੇ ਲਕੀਰਾਂ ਜੀਆਂ ਕੱਢਦਾ ਰਹਿੰਦਾ ਇਹਨੂੰ ਇਹ ਵੀ ਨਹੀਂ ਪਤਾ ਵੀ ਇਦੇ ਕੋਲ ਕਿਹੜੀ ਜਮਾਤ ਦਾ ਕਿਹੜਾ ਸਬਜੈਕਟ ਹੈ ਹੈਡਮਾਸਟਰ ਨੇ ਸਿਰ ਚੜਾ ਰੱਖਿਆ ਨਲੀਚੋਚ ਆਪ ਸੱਤ ਜਵਾਕ ਜੰਮ ਕੇ ਅੱਖਾਂ ਅੱਖਾਂ 'ਚ ਮੈਰੀਟਿਡ ਦੇ ਮਹੀਨੇ ਗਿਣਦਾ ਲਾਲ ਮੂੰਹ ਹੈਡਮਾਸਟਰ ਦੇ ਕਮਰੇ 'ਚ ਕੋਈ ਲੇਡੀ ਟੀਚਰ ਜਾਵੇ ਤਾਂ ਭੜਕਾਂ ਲੈਂਦਾ ਫਿਰੂ ਕੋਈ ਮਾਸਟਰ ਕਿਸੇ ਮਾਸਟਰਨੀ ਨਾਲ ਕਦੇ ਗੱਲ ਕਰਦਾ ਹੋਵੇ ਉੱਚੀ ਉੱਚੀ ਬੋਲੂ ਰੱਬ ਇਹਨੂੰ ਤੀਵੀਂ ਦੀ ਜੂਨ ਪਾ ਦਿੰਦਾ ਫਿਰ ਪਤਾ ਲੱਗਦਾ ਟੇ ਜਾਣੇ ਨੂੰ ਬਈ ਆਦਮੀਆਂ ਨਾਲ ਬੋਲੇ ਬਿਨਾ ਸਰਦਾ ਨਹੀਂ ਘੜਕ ਦਾ ਟੰਡਾ ਕਹਿੰਦੇ ਬੋਲ ਪੱਟੇ ਬਾਣਸ ਵਾਂਗ ਖੜਕਦਾ ਸਿਰ 'ਚ ਕੋਈ ਚਿੱਟਾ ਵਾਲ ਗੱਲਾਂ ਤੇ ਸ਼ਾਈਆਂ ਅੱਖਾਂ 'ਚ ਲੱਪਲਪ ਸੁਰਮਾ ਝੁਰੜੀਆਂ ਭਰੇ ਹੱਥ ਪੀਲੇ ਦੰਦ ਘੜਦਾ ਟਾਂਡੇ ਚਾਹ ਆ ਗਈ ਐ ਕਾਲਾ ਗੁਲਾਬ ਕੁਰਸੀ 'ਚ ਬੁੜਕਦੀ ਐ ਦੋਵੇਂ ਹੱਥਾਂ ਨਾਲ ਬੋਝ ਕੇ ਕੇਤਲੀ ਫੜਦੀ ਐ ਇੱਕ-ਇੱਕ ਕਰਕੇ ਚਾਰੇ ਪਿਆਲੀਆਂ ਭਰ ਦਿੰਦੀ ਐ ਪਹਿਲੀ ਪਿਆਲੀ ਕੜਵ ਦੇ ਟਾਂਡੇ ਨੂੰ ਦਿੰਦੀ ਐ ਤੇ ਕਹਿੰਦੀ ਐ ਗੁੱਸੇ 'ਚ ਨਾ ਆਇਆ ਕਰ ਜਵਾਕ ਦਾ ਨੱਕ ਮੂੰਹ ਵਿੰਗਾ ਹੋਜੂ ਚੋਹਾਂ ਦੇ ਹੱਥਾਂ 'ਚ ਪਿਆਲੀਆਂ ਹਨ ਕੋਈ ਕੋਈ ਘੁੱਟੋ ਭਰਦੀਆਂ ਹਨ ਕੋਈ ਕੋਈ ਗੱਲ ਉਹ ਕਰਦੀਆਂ ਹਨ ਨਿੱਕੇ ਨਿੱਕੇ ਘੁੱਟਾਂ ਨਿੱਕੇ ਨਿੱਕੇ ਗੱਲਾਂ ਧੁੱਪ ਚ ਕੋਈ ਸਵਾਦ ਖੁੱਲ ਗਿਆ ਸੰਜਮ ਵੀਰ ਜੀ ਅੱਜ ਦੇਖੇ ਨਹੀਂ ਛੁੱਟੀ ਤੇ ਨਹੀਂ ਕਾਲਾ ਗਲਾਬ ਮੁਰਗਾ ਤੋਂ ਪੁੱਛਦੀ ਹੈ ਅਧਿਆਪਕਾਂ ਦੀ ਕਿਤੇ ਕੋਈ ਮੀਟਿੰਗ ਹੋਵੇ ਪੈਰ ਜੁੱਤੀ ਨਹੀਂ ਪਾਉਂਦੇ ਤੇਰੇ ਸੰਜਮ ਜੀ ਸੁਣਿਆ ਚੰਡੀਗੜ੍ਹ ਗਏ ਨੇ ਡੈਪੂਟੇਸ਼ਨ ਲੈ ਕੇ ਵਿਦਿਆ ਮੰਤਰੀ ਨੂੰ ਮਿਲਣ ਮਰੂ ਆਖਾਂ ਚ ਚਾਨਣ ਭਰ ਲੈਂਦੀ ਹੈ ਤੇ ਕਾਲਾ ਗੁਲਾਬ ਵਲ ਦੇਖ ਕੇ ਦੰਦਾਂ 'ਚ ਹੀਟਲਾ ਬੁੱਲ ਟੁੱਕਦੀ ਐ ਸੰਜਮ ਜੀ ਦਾ ਸੁਭਾਅ ਦੇ ਕਿੰਨਾ ਚੰਗਾ ਹੈ ਗੱਲ ਕਰਨਗੇ ਬੋਚ-ਬੋਚ ਇੱਕ ਲਫ਼ਜ਼ ਵੀ ਜਿਵੇਂ ਵਾਧੂ ਨਹੀਂ ਹੁੰਦਾ ਕਾਲਾ ਗੁਲਾਬ ਕਹਿੰਦੀ ਐ ਤੇ ਫਿਰ ਕਾਲੀ ਨਾਲ ਚਾਹ ਦੀ ਘੁੱਟ ਅੰਦਰ ਲੰਘਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੀ ਐ ਕਿਰਲਾ ਗੱਲ ਕਰਦਾ ਦੇਖਿਆ ਕਿਵੇਂ ਚੰਬਲ-ਚੰਬਲ ਬੋਲਦਾ ਹੁੰਦਾ ਚਿੱਤੜ ਕਿਤੇ ਹੈਗੇ ਉਹਦੇ ਸੁੱਕੇ ਡੋਲੇ 부ਛੜ ਦੀਆਂ ਬਾਹਾਂ ਤਾਹੀਂ ਤਾਹੀਂ ਚੜੀ ਜੋ ਪੁੱਛਣ ਵਾਲਾ ਹੋਵੇ ਮੋਢਿਆਂ ਤੋਂ ਉੱਤੇ ਕਿੱਥੇ ਲੈ ਕੇ ਜਾਏਗਾ ਮਾਮਾ ਨੂੰ ਸੱਤੀਆਂ ਬਾਹਾਂ ਵਾਲਾ ਕਮੀਜ਼ ਕਦੇ ਦੇਖਿਆ ਪਹਿਲਵਾਨ ਦੇ ਲੋਕ ਕੋਟ ਵੀ ਪਾਉਣ ਲੱਗ ਪਏ ਇਹਨੇ ਸਵਟਰ ਵੀ ਸ਼ੁਰੂ ਨਹੀਂ ਕੀਤਾ ਅਜੇ ਸਿਰ ਦੇ ਵਾਲ ਦੇਖੇ ਨੇ ਸੇ ਦੇ ਤੱਕਲੇ ਦਾੜੀ ਕਦੇ ਡਰਾਈਵਰ ਘੱਟ ਕਦੇ ਮੌਲਵੀ ਘੱਟ ਕਦੇ ਸਫਾ ਚਟ ਸਕੂਲ 'ਚ ਤੱਕ ਆਂਬਾਜਾ ਚੜਿਆ ਰਹਿੰਦਾ ਕਿਸੇ ਮਾਸਟਰ ਨਾਲ ਗੱਲ ਕਰੀਂਦੀ ਐ ਤਾਗਾ ਪਿੱਛਾ ਦੇਖ ਕੇ ਕਿਰਲਾ ਭੋਂਡ ਤੇ ਬਾਂਦਰ ਪਤਾ ਨਹੀਂ ਕਦੋਂ ਕਿਸੇ ਦੀ ਕੀ ਗੱਲ ਬਣਾ ਦੇਣ ਸੰਜਮ ਜੀ ਜਦੋਂ ਕਦੇ ਵੱਡੇ ਭਰਾ ਕੋਲ ਘਰ ਆਉਂਦੇ ਐ ਤਾਂ ਉਹਨਾਂ ਨਾਲ ਗੱਲਾਂ ਕਰਕੇ ਜਾਣੀ ਦੀ ਮਨ ਹੌਲਾ ਹੋ ਜਾਂਦਾ ਸਕੂਲ 'ਚ ਵੀ ਤਾਂ ਉਹੀ ਸੰਜਮ ਜੀ ਹੁੰਦੇ ਪਰ ਗੱਲ ਕਰਨ ਤੋਂ ਡਰ ਲੱਗਦਾ ਬਾਏ ਗੋਡ ਮਧਰਾ ਕਦਰ ਰੰਗ ਮੁਸ਼ਕੀ ਅੱਖਾਂ ਗੋਲ ਗੱਲ ਕਰਦੀ ਅੱਖਾਂ ਝਮਕਦੀ ਐ ਤੇ ਜਿਵੇਂ ਲੋਗੜੀ ਦੇ ਫੁੱਲਾਂ ਦੀ ਬਾਰਿਸ਼ ਹੁੰਦੀ ਹੋਵੇ ਜਵਾਨ ਜਵਾਨ ਚ ਮਿਸ਼ਰੀ ਖੁਲੀ ਹੋਈ ਸਿਰ ਦੇ ਵਾਲ ਬਹੁਤ ਸੰਘਣੇ ਤੇ ਬਹੁਤ ਲੰਮੇ ਇਹ ਕਾਲਾ ਗੁਲਾਬ ਹੈ ਖੇਤਲੀ ਖਾਲੀ ਹੋ ਗਈ ਹੈ ਪਿਆਲੀਆਂ ਮੇਜ਼ ਤੇ ਪਈਆਂ ਹਨ ਮਰੂਆ ਚਿੱਟੇ ਸਿਰ ਵਾਲੀ ਚਪੜਾਸਨ ਹਾਂਕ ਮਾਰਦੀ ਹੈ ਚਪੜਾਸਨ ਖੇਤਲੀ ਤੇ ਪਿਆਲੀਆਂ ਚੁੱਕ ਕੇ ਲੈ ਜਾਂਦੀ ਹੈ ਗੰਨੇ ਦੇ ਛਿਲਕਦਿਆਂ ਦੋਵੇਂ ਅੰਗਾ ਮੇਜ਼ ਤੇ ਆ ਟਿਕਦੀਆਂ ਹਨ ਬੈਠਣ ਦਾ ਤਰੀਕਾ ਦੇਖ ਲੈ ਛਮਕੋ ਦਾ ਮਰੂਆ ਬੁੱਲਾਂ ਤੇ ਜੀਭ ਫੇਰ ਕੇ ਕਹਿੰਦੀ ਹੈ ਕੱਦ ਸੂਤ ਸਿਰ ਗੱਦਰ ਸਰੀਰ ਰੰਗ ਬਦਾਮੀ ਚਿਹਰਾ ਗੋਲ ਅੱਖਾਂ ਮੋਟੀਆਂ ਤੇ ਸੌ ਸਬਰ ਭਰੀ ਗੱਲ ਬਾਤ ਸੁਭਾਜ ਕੋਈ ਮੜਕ ਨਹੀਂ ਇਹ ਮਰਵਾ ਹੈ ਨਿਭੂਂਡ ਅੱਜ ਤਾਂ ਬੜੀ ਛੇਤੀ ਮੜਾਇਆ ਕਰੋ ਕੜਬ ਦਾ ਟਾਂਡਾ ਕਹਿੰਦੀ ਹੈ ਨਹੀਂ ਦੇਖ ਕੇ ਮੈਂ ਝਾਕਦਾ ਇਧਰ ਆਪਣੇ ਗੰਨੇ ਉਧਰ ਕਿਰਲੇ ਨੂੰ ਦੇਖ ਲੈ 부ਛੜ ਦੀਆਂ ਬਹੁਤ ਪਾੜ ਕੇ ਛੱਡੂ ਜਾਣੀ ਵਾਕਰ ਗੰਨੇ ਦਾ ਛਿਲਕ ਤਾੜੀ ਮਾਰਦੀ ਹੈ ਦੂਜੀਆਂ ਉੱਚੇ ਉੱਚੇ ਹੱਸਦੀਆਂ ਕਾਗਜ਼ ਪੈਨਸਲ ਲੈ ਕੇ ਚੱਲੀਆਂ ਬਾਂਦਰ ਵੀ ਕਾਲਾ ਗੁਲਾਬ ਹਾਸੇ ਦੇ ਘੁੰਗਰੂ ਛਣਕਾਉਂਦੇ ਐ ਅੱਧੇ ਛੁੱਟੀ ਬੰਦ ਹੋਣ ਦੀ ਘੰਟੀ ਖੜਗ ਗਈ ਐ ਮੁੰਡੇ ਕੁੜੀਆਂ ਦਾ ਚਿੰਗ ਚੰਗਿਆੜਾ ਮੱਧਮ ਪੈ ਗਿਆ ਐ ਚਾਰੇ ਅਧਿਆਪਕਾਂ ਵਾਂ ਕੁਰਸੀਆਂ ਉੱਪੋਂ ਉੱਠਦੀਆਂ ਹਨ ਉਵਾਸੀਆਂ ਲੈਂਦੀਆਂ ਤੇ ਅੰਗੜਾਈਆਂ ਭਰਦੀਆਂ ਹਨ ਆਪਣੀਆਂ ਜਮਾਤਾਂ ਵੱਲ ਉਹਨਾਂ ਦੇ ਕਦਮ ਉੱਠਦੇ ਹਨ ਧੰਨਵਾਦ